ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਵੈਲਿਡ ਯੂਨਿਟ ਕੰਟਰੋਲ ਯੂਨਿਟ ਅਤੇ VVT ਪੈਟ ਨੂੰ ਆਪਸ ਵਿੱਚ ਕਿਸ ਤਰ੍ਹਾਂ ਕਨੈਕਟ ਕਰਨਾ ਹੈ ਤਾਂ ਜੋ VOTING ਸਹੀ ਸਮੇਂ ਤੇ ਸ਼ੁਰੂ ਕੀਤੀ ਜਾ ਸਕੇ ਸਾਥੀਓ ਸਕਰੀਨ ਤੇ ਤੁਹਾਨੂੰ ਇੱਕ ਵੈਲਿਡ ਯੂਨਿਟ ਨਜ਼ਰ ਆ ਰਿਹਾ ਹੈ ਜੀ ਇਸ ਵਿੱਚ ਸਭ ਤੋਂ ਪਹਿਲਾਂ ਲੜੀ ਨੰਬਰ ਲਿਖੇ ਹੁੰਦੇ ਹਨ ਜੀ ਤੇ ਉਸ ਦੇ ਸਾਹਮਣੇ ਕੈਂਡੀਡੇਟ ਦੇ ਨਾਮ ਲਿਖੇ ਹੁੰਦੇ ਹਨ ਤੇ ਇਸ ਖਾਲੀ ਥਾਂ ਤੇ ਇੱਕ ਕੈਂਡੀਡੇਟ ਨੂੰ ਮਿਲੇ ਚੋਣਚਿਨ ਬਣੇ ਹੁੰਦੇ ਹਨ ਉੱਪਰ ਇੱਕ ਹਰੇ ਰੰਗ ਦਾ ਬਟਨ ਹੈ ਜੀ ਬਟਨ ਹੁੰਦਾ ਹੈ ਇਸ ਜਗ੍ਹਾ ਬੈਲਟ ਯੂਨਿਟ ਦਾ ਨੰਬਰ ਲਿਖਿਆ ਹੁੰਦਾ ਹੈ ਇਸ ਦੇ نیچے ਹਰੇਕ ਉਮੀਦਵਾਰ ਦੇ ਸਾਹਮਣੇ ਇੱਕ ਅੰਡਾਕਾਰ ਬਟਨ ਹੁੰਦਾ ਹੈ ਜਿਸ ਨੂੰ ਦਬ ਕੇ ਵੋਟ ਪਾਈ ਜਾਂਦੀ ਹੈ ਤੇ ਸਭ ਤੋਂ نیچے ਨੋਟਾ ਵਾਲਾ ਬਟਨ ਹੁੰਦਾ ਹੈ ਜੋ ਕਿ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਹੈ ਜੀ ਆ ਆ ਹੁਣ ਸਿੱਖਦੇ ਹਾਂ ਕਿ ਬੈਲਟ ਯੂਨਿਟ ਨੂੰ VVT ਪੈਡ ਨਾਲ ਕਿਸ ਤਰ੍ਹਾਂ ਜੋੜਨਾ ਹੈ ਜੀ ਬੈਲਡ ਜੁਨਟ ਦੇ ਕਨੈਕਟਰ ਦੇ ਇੱਕ ਪਾਸੇ ਲਾਲ ਅਤੇ ਇੱਕ ਪਾਸੇ ਕਾਲਾ ਭਾਗ ਹੁੰਦਾ ਹੈ ਇਸ ਦੇ ਦੋਨੇ ਭਾਗਾਂ ਨੂੰ ਦਬਾਉਣਾ ਨਹੀਂ ਹੈ ਇਸ ਨੂੰ ਬੀਬੀਟੀ ਪੈਡ ਵਿੱਚ ਜਿੱਥੇ ਲਗਾਉਣਾ ਹੈ ਉੱਥੇ ਇੱਕ ਸਾਕਟ ਲੱਗੀ ਹੁੰਦੀ ਹੈ ਜਿਸ ਦੇ ਇੱਕ ਪਾਸੇ ਲਾਲ ਅਤੇ ਦੂਜੇ ਪਾਸੇ ਕਾਲਾ ਰੰਗ ਹੁੰਦਾ ਹੈ ਆਪਾਂ ਲਾਲ ਨੂੰ ਲਾਲ ਵਾਲੇ ਪਾਸੇ ਅਤੇ ਕਾਲੇ ਨੂੰ ਕਾਲੇ ਵਾਲੇ ਪਾਸੇ ਲਗਾਉਣਾ ਹੈ ਇਸ ਨੂੰ ਹਲਕਾ ਜਿਹਾ ਦਬਾਉਣਾ ਹੈ ਤੱਕ ਲਗਾਉਣਾ ਹੈ ਤਾਂ ਜੋ ਇਹ ਇਸ ਵਿੱਚ ਫਿੱਟ ਹੋ ਜਾਵੇ ਇਹ ਬੈਲਡ ਯੂਨਿਟ ਵੀਬੀਟੀ ਪੈਟ ਨਾਲ ਜੁੜ ਗਿਆ ਹੈ ਜੀ ਹੁਣ ਆਪਾਂ ਵੀਬੀਟੀ ਪੈਟ ਨੂੰ ਕੰਟਰੋਲ ਯੂਨਿਟ ਦੇ ਨਾਲ ਜੋੜਾਂਗੇ ਇਸ ਤਾਰ ਦੇ ਨਾਲ ਇਸ ਤਾਰ ਦੇ ਕਨੈਕਟਰ ਵਿੱਚ ਵੀ ਦੇਖੋ ਦੋ ਭਾਗ ਹਨ ਲਾਲ ਅਤੇ ਕਾਲਾ ਸੀਯੂ ਦੀ ਸਾਕਟ ਦੇ ਵਿੱਚ ਵੀ ਲਾਲ ਅਤੇ ਕਾਲਾ ਭਾਗ ਹੈ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਤੇ ਨਾਲ ਆਨ ਆਫ ਦਾ ਬਟਨ ਹੁੰਦਾ ਹੈ ਜੀ ਹੁਣ ਜਿਸ ਤਰ੍ਹਾਂ ਪਹਿਲਾਂ ਕਨੈਕਸ਼ਨ ਕੀਤੇ ਸੀ ਸੇਮ ਉਸੇ ਤਰ੍ਹਾਂ ਲਾਲ ਵਾਲੇ ਪਾਸੇ ਲਾਲ ਨੂੰ ਅਤੇ ਕਾਲੇ ਵਾਲੇ ਪਾਸੇ ਕਾਲੇ ਨੂੰ ਰੱਖ ਕੇ ਆਪਾਂ ਦਬਾਉਣਾ ਹੈ ਤੇ ਇਹ ਆਸਾਨੀ ਨਾਲ ਫਿੱਟ ਹੋ ਜਾਵੇਗਾ ਇਹ ਦੇਖੋ ਆਪਾਂ ਫਿੱਟ ਕਰ ਰਹੇ ਹਾਂ ਜੀ ਇਹ ਫਿੱਟ ਹੋ ਗਿਆ ਹੈ ਜੀ ਤੇ ਇਸ ਦੀ ਜੋ ਪਾਵਰ ਹੈ ਉਸ ਨੂੰ ਹਜੇ ਔਨ ਨਹੀਂ ਕਰਨਾ ਹੈ ਇਸ ਦੀ ਜੋ ਪਾਵਰ ਬਟਨ ਉਸ ਨੂੰ ਔਨ ਨਹੀਂ ਕਰਨਾ ਹਜੇ ਹੁਣ VVT ਪੈਡ ਦੀ ਨੌਬ ਨੂੰ ਖੜਵੇਂ ਮੋੜ ਵਿੱਚ ਕਰ ਦੇਣਾ ਹੈ ਜੀ ਖੜਵੇਂ ਮੋੜ ਦਾ ਮਤਲਬ ਹੈ ਕਿ ਇਹ ਵਰਕਿੰਗ ਮੋਡ ਦੇ ਵਿੱਚ ਹੈ ਜੇਕਰ ਲੇਟਮਾ ਮੋਡ ਹੈ ਤਾਂ ਇਸ ਦਾ ਮਤਲਬ ਵਰਕਿੰਗ ਮੋਡ ਵਿੱਚ ਨਹੀਂ ਹੈ ਜੀ